ਠੀਕ ਆ। ਅਤੇ ਭਾਅ ਜੀ ਦੂਜੀ ਗੱਲ ਤੁਹਾਨੂੰ ਹੁਣ ਪੁੱਛਦੇ ਹੈਗੇ ਆ, ਪੰਜਾਬ ਵਿੱਚ ਇਸ ਵੇਲੇ ਬੜੀ ਸਿਆਸਤ ਗਰਮਾਈ ਪਈ ਆ, ਤੁਹਾਡੇ ਉਹਦੇ ਬਾਰੇ ਕੀ ਵਿਚਾਰ ਆ, ਕਿਹਦੇ ਜਿੱਤਣ ਦੀ ਤੁਹਾਨੂੰ ਹੈਗੀ ਆਸ ਕੋਈ? ਮੇਰਾ ਕੋਈ ਵਿਚਾਰ ਨਹੀਂ, ਮੈਂ ਤਾਂ ਭੱਜਦਾ, ਮੈਂ ਤਾਂ ਫਰਵਰੀ 'ਚ ਵੀ ਆਸਟ੍ਰੇਲੀਆ ਜਾਣ ਨੂੰ ਫਿਰਦਾ ਵੀ ਮੈਂ ਵੋਟਾਂ ਤੋਂ ਪਹਿਲਾਂ ਬਾਹਰ ਹੀ ਰਹਾਂ। ਬਾਹਰ ਰਹੋਗੇ? ਹਾਂ। ਪਰ ਥੋੜ੍ਹੀ ਬਹੁਤ ਦਿਲਚਸਪੀ ਤਾਂ ਰੱਖਦੇ ਤੁਸੀਂ ਨਾ ਸਿਆਸਤ ਵਿੱਚ? ਨਹੀਂ, ਮੇਰਾ ਕੋਈ ਸ਼ੌਕ ਨਹੀਂ, ਮੇਰਾ ਹੀ ਤੁਹਾਡੇ ਨਾਲ ਵਾਅਦਾ, ਮੈਨੂੰ ਸੱਚੀ ਸ਼ੌਕ ਨਹੀਂ ਸਿਆਸਤ ਦਾ। ਬੱਤੀ ਲਾਲ ਜਦੋਂ ਨੰਗੇ ਸਾਡੇ ਮਾਰਦੀ ਹੈ ਡੰਡੇ, ਮੈਂ ਬਗਾਵਤ 5 ਸਾਲਾਂ ਲਈ ਅਸੀਂ ਬੀਜ ਲੈ ਨੇ ਕੰਡੇ, 5 ਸਾਲਾਂ ਲਈ ਬੀਜੇ ਨੇ ਕੰਡੇ। ਫਿਰ ਗਾਹਾਂ ਦੇ ਗਾਣੇ ਦੇ ਬੋਲ ਕੀ ਸੀਗੇ? ਕਰਜ਼ੇ ਦੀ ਮਾਰ ਇੱਕ ਲੁੱਟੇ ਲੋਟੂ ਸਰਕਾਰ ਨੀ ਛੱਲੀਆਂ ਚਵਾਇਆ ਕਰਦੀਆਂ ਟੰਟੇ ਟਾਂਡੀਆਂ। ਭਾਜੀ ਉਹ ਫਿਰ ਲਾਈਨ ਕੀ ਸੋਚ ਕੇ ਆਪਾਂ ਲਿਖੀ? ਉਹ ਦੇਖੋ, ਸਿਆਸਤ ਤੋਂ ਤੁਸੀਂ ਕਿਆ ਦੂਰ ਰਹਿੰਦੇ ਆ? ਮੈਂ ਬਗਾਵਤੀ ਹਾਂ। ਹਾਂਜੀ, ਤੁਸੀਂ ਮੈਨੂੰ ਮਾਸ ਮੂਵਮੈਂਟ ਜਦੋਂ ਕਦੇ ਹੋਈ ਪੰਜਾਬ ਦੀ ਕਦੇ ਵੀ, ਤੁਹਾਨੂੰ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਲੱਗਿਆ ਕਿ ਪੰਜਾਬ ਦੇ ਹੱਕ ਹਕੂਕ ਲਈ ਸਾਰੀ ਦੁਨੀਆ ਤੋਂ ਪੰਜਾਬੀ ਜਾ ਰਹੇ ਹੈ ਅਤੇ ਹੱਕਾਂ ਦੀ ਗੱਲ ਕਰਨੀ ਹੈ, ਮੈਂ ਸਭ 'ਤੇ ਮੂਹਰੇ ਬੈਠ ਜੂੰਗਾ। ਠੀਕ। ਸਰਕਾਰ ਦਾ ਕੀ ਹੁੰਦਾ ਨਾ ਜੀ, 51 ਅਤੇ 49 ਦਾ ਰੌਲਾ, ਜਿਹੜਾ 51 ਲੈ ਗਿਆ ਉਹ ਜੇਤੂ ਹੈ। ਠੀਕ। ਹੁਣ ਜੇ ਆਪਾਂ ਮੰਨ ਲਓ ਇੱਕ ਸਰਕਾਰ ਚੁਣਦੇ ਹਾਂ, ਹਾਂਜੀ, ਜਿਹੜੀ 51 ਲੈ ਗਈ ਉਹ ਜੇਤੂ ਹੈ, ਉਹ ਆਪਾਂ ਕਹਿੰਦੇ ਵੀ ਡੈਮੋਕ੍ਰੇਸੀ ਦੇ ਹਿਸਾਬ ਨਾਲ ਉਹ ਚੁਣੀ ਹੋਈ ਸਰਕਾਰ ਹੈ, ਬਟ 49 ਦੀ ਮਰਜ਼ੀ ਨਹੀਂ। ਇਸ ਕਰਕੇ ਮੈਨੂੰ ਲੱਗਦਾ ਮੇਰਾ ਨਹੀਂ, ਮੇਰੀ ਥਾਲੀ ਦੀ ਰੋਟੀ ਨਹੀਂ, ਕਿਉਂਕਿ 49 ਦਾ ਖਿਲਾਫ ਹੋ ਗਿਆ ਨਾ। ਹਾਂ, ਕਦੇ ਹੱਕ ਹਕੂਕ ਦੀ ਗੱਲ ਆਪਾਂ ਲਿਖ ਕੇ, ਮੈਂ ਤਾਂ ਡਟ ਕੇ ਲਿਖਦਾ, ਹਾਲਾਂਕਿ ਮੇਰੇ ਸਿਆਸੀ ਪਾਰਟੀਆਂ 'ਚ ਕਾਫੀ ਮੇਰੇ ਗਹਿਰੇ ਸੱਜਣ ਜੁੜੇ ਹੋਏ ਆ, ਬਟ ਮੈਂ ਭੱਜਦਾ ਇਹਦੇ ਤੋਂ, ਕਿਉਂਕਿ ਸਮਝ ਨਹੀਂ ਤੁਸੀਂ, ਅਕਾਲੀ ਕੌਣ ਹੈ? ਪੰਜਾਬੀ। ਕਾਂਗਰਸ ਕੌਣ ਹੈ? ਪੰਜਾਬੀ। ਆਮ ਆਦਮੀ ਪਾਰਟੀ 'ਚ ਕੌਣ ਹੈ? ਪੰਜਾਬੀ। ਬਸਪਾ 'ਚ ਕੌਣ ਹੈ? ਪੰਜਾਬੀ। ਕਾਮਰੇਡ ਕੌਣ ਹੈ? ਪੰਜਾਬੀ। ਹੋਰ ਬਾਕੀ ਜਿੰਨੇ ਵੀ ਜਿੱਥੇ ਹੈ ਤਾਂ ਸਭ ਪੰਜਾਬੀ। ਹੁਣ ਤੁਸੀਂ ਕਿਸੇ ਇੱਕ ਫਿਰਕੇ ਨਾਲ ਜੁੜ ਕੇ ਬਾਕੀਆਂ ਨੂੰ ਨਾਰਾਜ਼ ਤਾਂ ਕਰੋਗੇ ਨਾ। ਸੋ ਮੇਰਾ ਖਿਆਲ ਹੈ ਸਿਆਸਤ ਦਾ ਪੱਧਰ ਬਦਲਣਾ ਚਾਹੀਦਾ, ਬਦਲਣਾ ਇਹ ਚਾਹੀਦਾ ਕਿ ਵੋਟਾਂ ਦਾ ਤਰੀਕਾ ਨਹੀਂ ਹੋਣਾ ਚਾਹੀਦਾ, ਸਾਰੀਆਂ ਸਿਆਸੀ ਪਾਰਟੀਆਂ ਨੂੰ ਥੋੜ੍ਹਾ ਥੋੜ੍ਹਾ ਵਕਤ ਦਿੱਤਾ ਜਾਵੇ ਬਈ 3 ਮਹੀਨੇ ਭਾਈ ਤੇਰੇ ਆ, ਜਿਹਦੇ 3 ਮਹੀਨੇ ਬੈਸਟ ਹੋਣ ਉਹਨੂੰ 5 ਸਾਲ ਦਿੱਤੇ ਜਾਣ, ਨਾ ਤਾਂ ਕੋਈ ਲੜਾਈ ਰਹੇ ਨਾ ਵੋਟਾਂ ਦੇ ਖਰਚ ਹੋਵੇ। ਠੀਕ ਆ।